ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਮੈਂ ਹਾਂ ਗੁਰਮੀਤ ਰਾਜਾ ਮਸਾ ਤੋਂ ਅੱਜ ਅਸੀਂ ਪਹੁੰਚੇ ਹਾਂ ਹਾਲਗੇ ਤੇ ਜਿੱਥੇ ਕਿਸਾਨ ਜਿਹੜੇ ਮੰਡੀਆਂ ਵੱਲੋਂ ਮੋਦੀ ਦਾ ਉਹ ਜੋਗੀ ਦਾ ਜਿਹੜਾ ਯੂਪੀ ਦੇ ਮੁੱਖ ਮੰਤਰੀ ਉਹਨਾਂ ਦਾ ਪੁਤਲਾ ਜਲਾਇਆ ਜਾ ਰਿਹਾ ਹੈ ਸਰ ਕੀ ਨਾਮ ਆਪਣਾ ਕਿ ਅੱਜ ਜਿਹੜਾ ਤੁਸੀਂ ਇਹ ਪੁਤਲਾ ਸਾੜਿਆ ਹਾਲਗੇ ਦੇ ਬਾਹਰ ਕੀ ਕਹਿਣਾ ਚਾਹੋਗੇ ਮੇਰਾ ਨਾਮ ਹੈ ਤਾਪ ਸਿੰਘ ਸਰਸਾ ਭਾਰਤ ਕਿਸਾਨ ਯੂਨੀਅਨ ਸਿਰਸਾ ਦਾ ਪ੍ਰੈਸ ਸਕੱਤਰ ਇਹ ਜਿਹੜਾ ਪੁਤਲਾ ਸੀ ਅੱਜ ਜਿਹੜਾ ਯੂਪੀ ਦੇ ਮੁੱਖ ਮੰਤਰੀ ਔਰ ਪ੍ਰਧਾਨ ਮੰਤਰੀ ਦਾ ਜਿਹੜਾ ਸਾੜਿਆ ਇਹਨਾਂ ਨੇ ਜਿਹੜਾ ਕੱਲ੍ਹ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਦਰਿੰਦਗੀ ਦੇ ਨਾਲ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਦੇ ਪੁਤਲੇ ਸਾੜੇ ਆ ਔਰ ਲੋਕ ਜਿਹੜਾ ਵਾ ਇਸ ਗੱਲ ਦੀ ਭਾਰਤ ਦੇ ਰਾਸ਼ਟਰਪਤੀ ਔਰ ਹਰਿਆਣੇ ਦੇ ਰਾਜਪਾਲ ਨੂੰ ਜਿਹੜਾ ਵਾ ਉਹ ਮੰਗ ਪੱਤਰ ਵੀ ਦਿੱਤੇ ਆ ਜਿਹੜੇ ਇਹੋ ਜਿਹੇ ਮੰਤਰੀ ਆ ਜੇ ਮਨੋਹਰ ਖੱਟਰ ਹੋ ਗਿਆ ਜਾਂ ਜਿਹੜਾ ਐਮ ਉੱਥੋਂ ਦਾ ਮਿਸ਼ਰਾ ਐਮ ਪੀ ਹੈਗਾ ਸੀਗਾ ਜਿਨ੍ਹਾਂ ਦੇ ਬਿਆਨ ਆ ਰਹੇ ਆ ਕਿ ਉਹ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦੇ ਰਹੇ ਆ ਕਿ ਤੁਸੀਂ ਜੋ ਮਰਜ਼ੀ ਕਰ ਦਿਓ ਤੁਸੀਂ ਭਾਵੇਂ ਜਿਹੜਾ ਵਾ ਜਿਹੜੇ ਮਰਜ਼ੀ ਪਰਚੇ ਕਰਕੇ ਜੇਲ੍ਹ 'ਚ ਚਲ ਜਾਓਗੇ ਅਤੇ ਤੁਸੀਂ ਵੱਡੇ ਨੇਤਾ ਬਣ ਕੇ ਬਾਹਰ ਆਓਗੇ ਇਹੋ ਜਿਹੇ ਲੋਕਾਂ ਦੇ ਬਿਆਨਾਂ ਦੇ ਉੱਤੇ ਉਹਨਾਂ ਦੇ ਦੇਸ਼ ਧਰੋਹ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਕਿਉਂਕਿ ਇਹ ਕੁਰਸੀਆਂ 'ਤੇ ਬਹਿਣ ਦੇ ਲਾਇਕ ਹੀ ਨਹੀਂ ਹੈਗੇ ਇਹੋ ਜਿਹੇ ਬੰਦਿਆਂ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੋਣੀ ਚਾਹੀਦੀ ਆ ਅਤੇ ਇਹਨਾਂ ਨੂੰ ਸੁਰੱਖਿਆ ਵੀ ਜਿਹੜੀ ਵਾਪਸ ਲਈ ਜਾਵੇ ਇਹਨਾਂ 'ਤੇ 302 ਦੇ 307 ਦੇ ਔਰ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਣੇ ਚਾਹੀਦੇ ਆ ਔਰ ਜੇਲ੍ਹ 'ਚ ਸੁੱਟਣਾ ਚਾਹੀਦਾ ਵਾ ਸਾਡੀ ਇਹੀ ਮੰਗ ਸੀ ਦੀਪ ਸਿੱਧੂ ਨੇ ਜਿਹੜੀ ਨਵੀਂ ਪਾਰਟੀ ਦਾ ਆਗਾਜ਼ ਕੀਤਾ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜਿਹੜੇ ਕਿ ਕਮੈਂਟ ਕੀਤੇ ਜਾ ਰਹੇ ਆ ਕਿ ਜਿਹੜੇ ਅੰਦੋਲਨ ਹੈਗਾ ਆ ਉਹਨੂੰ ਦੋ ਹਿੱਸਿਆਂ 'ਚ ਵੰਡਿਆ ਜਾ ਰਿਹਾ ਇਸ ਤਰ੍ਹਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਇਹ ਕਹਿੰਦੇ ਹਾਂ ਕਿ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਸਾਨੂੰ ਸਭ ਨੂੰ ਲੜਨਾ ਚਾਹੀਦਾ ਵਾ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਜੇ ਲੜਾਂਗੇ ਤਾਂ ਅਸੀਂ ਜ਼ਰੂਰ ਜਿੱਤਾਂਗੇ ਅਤੇ ਜੇ ਅਸੀਂ ਆਪਸ ਵਿੱਚ ਲੜਦੇ ਆਪਸ ਵਿੱਚ ਆਪਣੀ ਐਨਰਜੀ ਵੇਸਟ ਕਰਦੇ ਰਵਾਂਗੇ ਤਾਂ ਫਿਰ ਜ਼ਰੂਰ ਜਿਹੜਾ ਵਾ ਉਹ ਦੁਸ਼ਮਣ ਨੂੰ ਤਾਕਤ ਮਿਲੂਗੀ ਸਾਡੀ ਜਿਹੜੀ ਆ ਉਹ ਜਿਹੜੀ ਜਿੱਤ ਹੈ ਤਾਂ ਹੋਊਗੀ ਜੇ ਅਸੀਂ ਇਕੱਠੇ ਰਵਾਂਗੇ ਅਤੇ ਜੇ ਅਸੀਂ ਆਪਸ ਵਿੱਚ ਲੜਾਂਗੇ ਤਾਂ ਜਿੱਤ ਜ਼ਰੂਰ ਜਿਹੜਾ ਵਾ ਉਹ ਸਾਡੀ ਜਿਹੜਾ ਉਹ ਲੇਟ ਹੋਊਗੀ ਔਰ ਸਾਡੇ ਦੁਸ਼ਮਣਾਂ ਨੂੰ ਜ਼ਰੂਰ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਨੂੰ ਉਹਦੀ ਤਾਕਤ ਮਿਲਦੀ ਹੈ ਇਸ ਕਰਕੇ ਸਾਨੂੰ ਇਕੱਠੇ ਹੋਣਾ ਰਹਿਣਾ ਚਾਹੀਦਾ ਵਾ ਆ ਵੱਖ ਵੱਖ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਆਪਣੇ ਲੋਕ ਕੀ ਕੀਤਾ ਜਾਏਗਾ ਕਿਉਂਕਿ ਵੱਡੀ ਗੱਲ ਹੈਗੀ ਆ ਕਾਫੀ ਮਤਭਾਗੀ ਜਿਹੜੀ ਘਟਨਾ ਜਿਹੜੀ ਵਰਤੀ ਉੱਥੇ ਯੂਪੀ ਦੇ 'ਚ ਹੋਈ ਆ ਇਹ ਤਰ੍ਹਾਂ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਨਾ ਵਾਪਰੇ ਤਾਂ ਕੀ ਕੀਤਾ ਜਾਊਗਾ ਦੇਖੋ ਅਸੀਂ ਤਾਂ ਆਉਣ ਵਾਲੇ ਸਮੇਂ 'ਚ ਘਟਨਾ ਨਾ ਵਾਪਰਨ ਇਸ ਕਰਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੋਟਾਂ ਪਾਉਣ ਲੱਗਿਆਂ ਸੋਚ ਸਮਝ ਕੇ ਵੋਟਾਂ ਪਾਓ ਕਿਉਂਕਿ ਜਦੋਂ ਗੁੰਡੇ ਬਦਮਾਸ਼ਾਂ ਨੂੰ ਵੋਟਾਂ ਪਾ ਕੇ ਅਸੀਂ ਤਾਕਤ ਦੇਵਾਂਗੇ ਤਾਂ ਉਹ ਉਹਦਾ ਗਲਤ ਇਸਤੇਮਾਲ ਕਰਨਗੇ ਜੇ ਸ਼ਰੀਫ ਲੋਕ ਚੰਗੇ ਲੋਕ ਜਿਹੜੇ ਆ ਉਹ ਐਮ ਪੀ ਐਮ ਐਲ ਏ ਮੰਤਰੀ ਬਣਨਗੇ ਤਾਂ ਉਹ ਗਲਤ ਕੰਮ ਨਹੀਂ ਕਰਨਗੇ ਜੇ ਮਾੜੇ ਲੋਕ ਵੋਟਾਂ ਪਾ ਜਿਹੜਾ ਵਾ ਉਹ ਲੈ ਕੇ ਤਾਕਤ ਲੈ ਕੇ ਮੰਤਰੀ ਬਣ ਜਾਣਗੇ ਐਮ ਐਲ ਏ ਐਮ ਪੀ ਬਣ ਜਾਣਗੇ ਤਾਂ ਉਹਨਾਂ ਨੇ ਜ਼ਰੂਰ ਗਲਤ ਇਸਤੇਮਾਲ ਕਰਨਾ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਵੋਟਾਂ ਪਾਉਣ ਲੱਗਿਆਂ ਸੋਚ ਸਮਝ ਕੇ ਵੋਟਾਂ ਪਾਇਓ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਰਹਿ ਗਏ ਚਰਨਜੀਤ ਸਿੰਘ ਚੰਨੀ ਵੱਲੋਂ ਕੀ ਉਮੀਦ ਆਪਾਂ ਲਾ ਸਕਦੇ ਹਾਂ ਕਿਉਂਕਿ ਕਾਫੀ ਉਹ ਲੋਕਾਂ ਨੂੰ ਸਹੂਲਤਾਂ ਦੇਂਦੇ ਆ ਕਿਸਾਨ ਅੰਦੋਲਨ ਦੀਆਂ ਗੱਲਾਂ ਵੀ ਕਰਦੇ ਪਏ ਕਿ ਤੁਸੀਂ ਕੀ ਸਮਝਦੇ ਦੇਖੋ ਸ਼ੁਰੂਆਤ ਸਾਨੂੰ ਲੱਗੀ ਸੀ ਕਿ ਬਿਆਨ ਵਧੀਆ ਦੇ ਰਹੇ ਆ ਸ਼ਾਇਦ ਕਿਸੇ ਗੱਲ 'ਤੇ ਪੂਰੇ ਵੀ ਉਤਰਨਗੇ ਪਰ ਅਜੇ ਤੱਕ ਮੈਨੂੰ ਲੱਗਿਆ ਨਹੀਂ ਕਿ ਉਹਨਾਂ ਨੇ ਕੋਈ ਗੱਲ ਸਿਰੇ ਚੜਾਈ ਹੈ ਉਹਨਾਂ ਨੇ ਨਜਾਇਜ਼ ਮਾਈਨਿੰਗ ਕਿਹਾ ਸੀ ਕਿ ਬੰਦ ਹੋਊਗੀ ਮਾਈਨਿੰਗ ਜਿਉਂ ਦੀ ਤਿਉਂ ਚੱਲ ਰਹੀ ਆ ਬਾਕੀ ਵੀ ਜੋ ਜੋ ਉਹਨਾਂ ਨੇ ਐਲਾਨ ਕੀਤੇ ਸੀ ਉਹ ਸਿਰਫ ਐਲਾਨ ਹੀ ਰਹਿ ਗਏ ਆ ਅਜੇ ਤੱਕ ਕਿਸੇ 'ਤੇ ਵੀ ਅਮਲੀ ਜਾਮਾ ਨਹੀਂ ਕਿਸੇ ਨੂੰ ਪਹਿਨ ਆਇਆ ਗਿਆ ਜਦੋਂ ਕੋਈ ਵੀ ਕੰਮ ਪੂਰਾ ਕਰਨਗੇ ਫਿਰ ਅਸੀਂ ਜ਼ਰੂਰ ਵੇਖ ਕੇ ਜੇ ਉਹਨਾਂ ਨੇ ਕੋਈ ਚੰਗਾ ਕੰਮ ਕਰਨਗੇ ਤਾਂ ਅਸੀਂ ਜ਼ਰੂਰ ਸ਼ਾਬਾਸ਼ ਦੇਵਾਂਗੇ ਕੈਪਟਨ ਸਾਹਿਬ ਦੇ ਨੇ ਪਾਰਟੀ ਨਵੀਂ ਬਣਾ ਰਹੇ ਆ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਕੈਪਟਨ ਦੀ ਤਾਂ ਅਸੀਂ ਗੱਲ ਹੀ ਨਹੀਂ ਕਰਨੀ ਚਾਹੁੰਦੇ ਕੌਣ ਕੈਪਟਨ ਕਿਹੜਾ ਕੈਪਟਨ ਉਸ ਉਹ ਮੁਰਦਾ ਜਿਹੜਾ ਮੁੱਖ ਮੰਤਰੀ ਬਣਨ ਤੋਂ 4.5 ਸਾਲ ਜਿਹੜਾ ਵਾ ਸੁੱਤਾ ਰਿਹਾ ਜਾ ਕੇ ਪਹਾੜੀਆਂ ਦੇ ਵਿੱਚ ਉਸ ਬੰਦੇ ਦੀ ਅਸੀਂ ਗੱਲ ਹੀ ਨਹੀਂ ਕਰਦੇ ਉਸ ਬੰਦੇ ਨੂੰ ਕਿਸੇ ਲੇਖੇ ਜੋਖੇ ਦਾ ਅਸੀਂ ਗਿਣਦੇ ਹੀ ਨਹੀਂ ਗੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਹਾਲ ਗੇਟ ਦੇ ਬਾਹਰ ਜਿਹੜਾ ਗਾਇਆ ਉਹ ਮੋਦੀ ਉਹ ਜੋਗੀ ਦਾ ਜਿਹੜਾ ਗਾ ਪੁਤਲਾ ਸਾੜਿਆ ਗਾਇਆ ਔਰ ਇੰਨੀ ਗੱਲ ਆਖੀ ਗਈ ਆ ਕਿ ਯੂਪੀ ਦੇ ਵਿੱਚ ਵੀ ਮਤਭਾਗੀ ਘਟਨਾ ਵਾਪਰੀ ਗਈ ਹੈਗੀ ਆ ਕਿਉਂਕਿ ਵਰਕਰਾਂ ਵੱਲੋਂ ਜਿਹੜਾ ਹੈਗਾ ਸੀ ਉਹ ਉਹਦੇ 'ਤੇ ਗੱਡੀ ਚੜ੍ਹਾ ਕੇ ਉਹਨਾਂ ਦੀ ਮਤਲਬ ਕਿ ਕੁਚਲ ਦਿੱਤਾ ਗਿਆ ਆ ਉਹਦੇ ਰੋਸ ਵਜੋਂ ਅੱਜ ਜਿਹੜਾ ਹਾਲ ਗੇਟ ਦੇ ਬਾਹਰ ਦਾ ਉਹ ਪੁਤਲਾ ਜਲਾਇਆ ਗਿਆ ਗਾ ਅਮਰਸਾ ਤੋਂ ਗੁਰਮੀਤ ਰਾਏ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ